ਸਲਾਮ ਅਲੈਕੁਮ ਵੀਰੋ ਦੋ ਨਿੱਕੀਆਂ ਨਿੱਕੀਆਂ ਗੱਲਾਂ ਪਹਿਲੀ ਗੱਲ ਚੌਧਰ ਸਿਰਾਂ ਤੇ ਮਾਇਆ ਲੱਗੀਆਂ ਆਕੜੀਆਂ ਪੱਗਾਂ ਰੱਖਣ ਨਾਲ ਨਹੀਂ ਅਮਲਾ ਨਾਲ ਸਾਬਤ ਹੁੰਦੀ ਐ ਪੱਗਾਂ ਕੁल्ले ਪਾ ਕੇ ਫੋਟੋਆਂ ਖਿਚਾਉਣ ਵਾਲੇ ਪਹਿਲੇ ਪੱਗ ਦਾ ਮਤਲਬ ਸਮਝ ਲੈਣ ਪੱਗ ਦਾ ਮਤਲਬ ਹੁੰਦਾ ਹੈ ਇੱਕ ਘਰ ਤੇ ਕੁਲਵੇ ਦੀ ਰਾਖੀ ਤੇ ਜ਼ਿੰਮੇਵਾਰੀ ਉਹਨਾਂ ਕਿੰਜ ਦੀ ਜ਼ਿੰਮੇਵਾਰੀ ਚੁੱਕੀ ਤੇ ਕਿੰਜ ਦੀ ਰਾਖੀ ਰੱਖੀ ਜਿਨ੍ਹਾਂ ਆਪਣੀ ਧਰਤੀ ਦੀ ਵੰਡ ਵਾਸਤੇ ਵੋਟ ਪਾ ਦਿੱਤੇ ਉਹ ਕਾਦੇ ਚੌਧਰੀ ਜਿਨ੍ਹਾਂ ਇੱਕ ਦਿਨ ਵੀ ਅਸੈਂਬਲੀਆਂ ਵਿੱਚ ਪੰਜਾਬ ਦੀ ਮਾਂ ਬੋਲੀ ਨੂੰ ਉਹਦਾ ਹੱਕ ਦਵਾਉਣ ਦੀ ਕੋਸ਼ਿਸ਼ ਨਾ ਕੀਤੀ ਸਿਰ ਤੇ ਪੱਗ ਰੱਖਣ ਦਾ ਸ਼ੌਕ ਏ ਤੇ ਜ਼ਿੰਮੇਵਾਰੀ ਵੀ ਅਦਾ ਕਰੋ ਪੰਜਾਬ ਦੀ ਵੰਡ ਉੱਤੇ ਵੋਟ ਪਾਉਣ ਉੱਤੇ ਪੰਜਾਬੀਆਂ ਤੋਂ ਮਾਫੀ ਮੰਗੋ ਤੇ ਵਾਅਦਾ ਕਰੋ ਪੰਜਾਬੀਆਂ ਵਿੱਚ ਪਾੜਾ ਪਾਉਣ ਵਾਲੀਆਂ ਇਹ ਇਕਰਾਰਨਾਮੇ ਪਾੜ ਕੇ ਸਿੱਟਦੇ ਹੋਗੇ ਵਾਅਦਾ ਕਰੋ ਕਿ ਪੰਜਾਬੀ ਨੂੰ ਪੰਜਾਬ ਦੇ ਸਕੂਲਾਂ ਵਿੱਚ ਮੀਡੀਅਮ ਆਫ ਇਨਸਟ੍ਰਕਸ਼ਨ ਬਣਾਓਗੇ ਦੂਜੀ ਗੱਲ ਜੇ ਪਹਿਲੇ 2 ਸਾਲ اپੋਜੀਸ਼ਨ ਹੋਈ ਹੁੰਦੀ ਤੇ ਮਹਿੰਗਾਈ ਇੰਨੀ ਵੱਸੋਂ ਬਾਹਰ ਨਾ ਹੁੰਦੀ। ਕਾਤਾਂ ਦੇ ਪਰਚਿਆਂ ਵਿੱਚ ਉਲਜੀ اپੋਜੀਸ਼ਨ ਵੀ ਕਸੂਰਵਾਰ ਏਕੇ ਏ ਵੋਟ ਵਾਸਤੇ ਇੱਜ਼ਤ ਮੰਗਦੀ ਰਹੀ ਤੇ ਗਰੀਬ ਰੋਟੀ ਮੰਗਦਾ ਰਿਹਾ। ਅਸੀਂ ਜਦੋਂ 17 ਅਕਤੂਬਰ ਦੇ ਇਤਜਾਜ ਦੀ ਕਾਲ ਦਿੱਤੀ ਉਦੋਂ ਤੱਕਰ اپੋਜੀਸ਼ਨ ਦੇ ਜਲਸੇ ਦਾ ਐਲਾਨ ਨਹੀਂ ਹੋਇਆ ਸੀ। ਮਹਿੰਗਾਈ ਤੋਂ ਤੰਗ ਆਵਾਮ ਇਮਰਾਨ ਤੋਂ ਜਾਨ ਛੁਡਾਉਣੀ ਚਾਹੁੰਦੀ ਏ ਜਾਂ ਆਪੋਜੀਸ਼ਨ ਜਮਾਤਾਂ ਦਾ ਸਿਆਸੀ ਕਾਰਕੁਨ ਕਿਆਤਾਂ ਖਿਲਾਫ ਪਰਚਿਆਂ ਕਾਰਨ ਹਕੂਮਤ ਗਰਾਉਣਾ ਚਾਹੁੰਦਾ ਹੈ ਇਸ ਗੱਲ ਦਾ ਫੈਸਲਾ 16 ਨੂੰ ਨਹੀਂ 17 ਨੂੰ ਦੁਪਹਿਰ 2 ਵਜੇ ਲਾਹੌਰ ਪ੍ਰੈਸ ਕਲੱਬ ਸਾਹਮਣੇ ਹੋਏਗਾ ਅਸੀਂ ਇਹ ਨਹੀਂ ਕਹਿੰਦੇ ਕਿ ਸਿਆਸੀ ਕਾਰਕੁਨਾਂ ਆਪਣੀਆਂ ਕਿਆਤ ਦਾ ਸਾਥ ਨਾ ਦੇਣ ਉਹ ਗੁਜਰਾਣਵਾਲਾ ਜਲਸੇ ਵਿੱਚ ਆਪਣੀਆਂ ਕਿਆਤਾਂ ਦਾ ਭਰਪੂਰ ਸਾਥ ਦੇਣ ਪਰ ਮਹਿੰਗਾਈ ਹੱਥੋਂ ਪਸੀ ਆਵਾਮ ਨਾਲ ਇਜ਼ਾਰੇ ਜਕਤਤੀ ਵਾਸਤੇ ਸਾਡੇ ਗਰੀਬਾਂ ਦੇ ਇਤਜਾਜ ਵਿੱਚ ਵੀ ਜ਼ਰੂਰ ਰਲਤ ਕਰਨ ਜੀਵੇ ਪੰਜਾਬ ਵਸੇ ਪਾਕਿਸਤਾਨ